ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ। ਅੱਜ ਦੇ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਯੂਰਪੀਅਨ ਕੰਟਰੀਜ਼ ਬਾਰੇ। ਯੂਰਪੀਅਨ ਐਜੂਕੇਸ਼ਨ ਨੂੰ ਲੈ ਕੇ ਅੱਜ ਗੱਲਬਾਤ ਹੋਏਗੀ, ਯੂਰਪੀਅਨ ਸਿਸਟਮ ਨੂੰ ਲੈ ਕੇ ਗੱਲਬਾਤ ਹੋਏਗੀ, ਕਿਹੜੇ ਕਿਹੜੇ ਉਹਨਾਂ ਦੀ ਰਿਕੁਆਇਰਮੈਂਟਸ ਨੂੰ ਪੂਰੀ ਕਰਦੇ ਨੇ ਉਹਨੂੰ ਲੈ ਕੇ ਗੱਲ ਕਰਾਂਗੇ। ਯੂਰਪ ਦੇ ਵਿੱਚ ਦੇਖਿਆ ਬੱਚੇ ਅੱਜ ਕਾਫੀ ਕੁਐਰੀ ਕਰਦੇ ਨੇ ਵੀ ਅਸੀਂ ਯੂਰਪ ਜਾਣਾ ਚਾਹੁੰਦੇ ਹਾਂ, ਯੂਰਪੀਅਨ ਐਜੂਕੇਸ਼ਨ ਲੈਣਾ ਚਾਹੁੰਦੇ ਹਾਂ, ਬਟ ਸਹੀ ਗਾਈਡੈਂਸ ਨਹੀਂ ਮਿਲ ਪਾਉਂਦੀ। ਕਾਫੀ ਵਾਰੀ ਦੇਖਿਆ ਬੱਚੇ ਕਾਫੀ ਸ਼ੈਨੇਗਨ ਕੰਟਰੀਜ਼ ਦੀ ਐਡ ਦੇਖ ਕੇ ਜਾਂਦੇ ਆ ਬਟ ਰਿਫਿਊਜ਼ਡ ਕਰਾ ਕੇ ਘਰ ਬਹਿ ਜਾਂਦੇ ਆ, ਕਿਉਂਕਿ ਸਹੀ ਗਾਈਡੈਂਸ ਸਹੀ ਐਕਸਪੀਰੀਅੰਸ ਨਾ ਹੋਣ ਕਰਕੇ ਬੱਚਿਆਂ ਨੂੰ ਇਹ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ। ਅੱਜ ਉਸ ਸ਼ਖਸ ਨਾਲ ਤੁਹਾਨੂੰ ਮਿਲਾਉਣ ਲੱਗੇ ਹਾਂ ਜਿਹੜੇ ਸਿਰਫ ਯੂਰਪ ਨੂੰ ਹੀ ਕਰ ਰਹੇ ਨੇ, ਇਹ ਨਹੀਂ ਹੈ ਵੀ ਨਾਲ ਕੈਨੇਡਾ ਵੀ ਕਰਦੇ ਆ, ਨਿਊਜ਼ੀਲੈਂਡ ਵੀ ਕਰਦੇ ਆ, ਕਾਫੀ ਕੰਟਰੀਜ਼ ਨੇ ਜਿਹੜੀਆਂ ਯੂਰਪੀਅਨ ਕੰਟੀਨੈਂਟ ਦੇ ਵਿੱਚ ਆਉਂਦੀਆਂ ਨੇ ਜਿਹੜੇ ਕਿ ਉਹ ਡੀਲ ਕਰਦੇ ਆ ਰਹੇ ਨੇ, ਸ਼ੈਨੇਗਨ ਹੋਵੇ ਜਾਂ ਯੂਰਪੀਅਨ ਯੂਨੀਅਨ ਹੋਵੇ। ਮੇਰੇ ਕਹਿਣ ਤੋਂ ਭਾਵ ਅੱਜ ਸਾਰੀ ਡਿਸਕਸ਼ਨ ਕਰਨ ਲਈ ਮੇਰੇ ਨਾਲ ਮੌਜੂਦ ਨੇ ਇੰਡੋ ਯੂਰਪੀਅਨ ਤੋਂ ਦਵਿੰਦਰ ਬਾਬਾ ਜੀ, ਬਹੁਤ ਸਾ ਬਹੁਤ ਸਵਾਗਤ। ਥੈਂਕ ਯੂ ਮਨਜੀ ਸਾਹਿਬ, ਦਰਸ਼ਕਾਂ ਨੂੰ ਮੇਰੇ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸੋ ਦਵਿੰਦਰ ਜੀ ਸਾਡੇ ਨਾਲ ਮੌਜੂਦ ਰਹਿਣਗੇ ਜੀ, ਅੱਜ ਗੱਲ ਕਰਾਂਗੇ ਜਿਹੜੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਸਟੱਡੀ ਦੇ ਵਿੱਚ ਗੈਪ ਆ ਚੁੱਕਿਆ ਹੈ, ਜਾਂ ਕਈ ਵਾਰੀ ਹੁੰਦਾ ਵੀ ਮੇਰੇ ਕੋਲ ਫੰਡਸ ਤਾਂ ਹੈਗੇ ਆ ਜੀ ਬਟ ਮੇਰੇ ਕੋਲ ਪੁਰਾਣੇ ਨਹੀਂ ਹੈ, ਫਰੈਸ਼ ਫੰਡਸ ਕਿੱਥੇ ਚੱਲ ਜਾਣਗੇ, ਜਾਂ ਕੰਮ ਕਰਨ ਦੀ ਪਰਮਿਸ਼ਨ ਨਾਲ ਹੋਏਗੀ ਕਿ ਨਹੀਂ ਹੋਏਗੀ, ਬਾਅਦ ਦੇ ਵਿੱਚ ਸੈਟਿੰਗ ਦੀ ਪਰਮਿਸ਼ਨ ਹੋਏਗੀ, ਮਤਲਬ ਜਿਹੜੀ ਪੋਸੀਬਿਲਿਟੀ ਹੈ ਜਾਂ ਨਹੀਂ ਹੈ। ਸੋ ਇਹ ਸਾਰੀ ਗੱਲਬਾਤ ਕਰਨ ਦੇ ਲਈ ਅੱਜ ਦਵਿੰਦਰ ਜੀ ਨੂੰ ਸੱਦਾ ਦਿੱਤਾ ਗਿਆ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਤੁਸੀਂ ਡਾਇਰੈਕਟਲੀ ਇਹਨਾਂ ਨੂੰ ਪੁੱਛ ਸਕਦੇ ਹੋ, ਔਰ ਖਾਸ ਕਰ ਇੱਕ ਵਟਸਐਪ ਨੰਬਰ ਚਲਾਇਆ ਜਾ ਰਿਹਾ ਇੰਡੋ ਯੂਰਪੀਅਨ ਦਾ ਟੀਵੀ ਸਕਰੀਨ 'ਤੇ, ਇਸ ਨੰਬਰ 'ਤੇ ਤੁਸੀਂ ਆਪਣੀ ਵੀਡੀਓ ਬਣਾ ਕੇ ਭੇਜ ਸਕਦੇ ਹੋ, ਆਪਣਾ ਸਵਾਲ ਪੁੱਛ ਸਕਦੇ ਹੋ ਉਹਦੇ ਵਿੱਚ, ਜੇ ਸਾਨੂੰ ਲੱਗਿਆ ਉਹ ਸਵਾਲ ਕਈ ਬੱਚਿਆਂ ਨੇ ਪੁੱਛਿਆ ਹੈ, ਜਿਹਦੀ ਕੁਆਲਿਟੀ ਵੋਇਸ ਦੀ ਅਤੇ ਵੀਡੀਓ ਦੀ ਵਧੀਆ ਹੋਏਗੀ ਉਹਨੂੰ ਇਸ ਸ਼ੋਅ ਦੇ ਵਿੱਚ ਸ਼ੇਅਰ ਵੀ ਕੀਤਾ ਜਾਏਗਾ। ਸੋ ਪਹਿਲਾਂ ਯੂਰਪੀਅਨ ਐਜੂਕੇਸ਼ਨ ਦੇ ਸਿਸਟਮ ਤੋਂ ਮੈਂ ਥੋੜ੍ਹਾ ਜਿਹਾ ਗੱਲ ਕਰਨਾ ਸ਼ੁਰੂ ਕਰਨਾ। ਹਮੇਸ਼ਾ ਇਹ ਦੇਖਿਆ ਗਿਆ ਵੀ ਸ਼ਾਇਦ ਜਿਹੜੇ ਸਾਡੇ ਨੌਰਥ ਅਮੈਰੀਕਨ ਕੰਟਰੀਜ਼ ਨੇ ਜਾਂ ਵੈਸਟਰਨ ਹੋਰ ਕੰਟਰੀਜ਼, ਉਹਨਾਂ ਨੂੰ ਜ਼ਿਆਦਾ ਵੀ ਇੱਥੇ ਸਟੱਡੀ ਬਹੁਤ ਵਧੀਆ, ਚਾਹੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਕਰੀਏ, ਨੌਰਥ ਅਮੈਰੀਕਾ 'ਚ ਕੈਨੇਡਾ ਦੀ ਕਰੀਏ ਜਾਂ ਅਮੈਰੀਕਾ ਦੀ ਕਰੀਏ, ਕੀ ਇਹ ਸੱਚ ਹੈ ਵੀ ਯੂਰਪੀਅਨ ਨਾਲੋਂ ਇਹ ਅੱਪ ਨੇ? ਅਮਨ ਜੀ, ਅੱਪ ਜਾਂ ਡਾਊਨ ਤਾਂ ਬੇਸਿਕਲੀ ਤੁਸੀਂ ਕੰਪੈਰੀਜ਼ਨ ਕਰੋਗੇ ਤਾਂ ਯੂਨੋ ਡਿਪੈਂਡ ਕਰਦਾ ਵੀ ਤੁਸੀਂ ਕਿੱਦਾਂ ਕੰਪੈਰੀਜ਼ਨ ਕਰ ਰਹੇ ਹੋ। ਹਾਂ, ਜੇ ਤੁਸੀਂ ਸਾਈਜ਼ ਵਾਈਜ਼ ਕਰੋਗੇ ਵੀ ਜੋਗ੍ਰਾਫਿਕਲੀ ਯੂਐਸ ਵੱਡਾ ਹੈਗਾ, ਹਾਂਜੀ ਬਿਲਕੁਲ ਵੱਡਾ ਹੈਗਾ, ਕੈਨੇਡਾ ਵੱਡਾ ਤਾਂ ਬਿਲਕੁਲ ਬਿਲਕੁਲ ਵੱਡਾ ਜੀ। ਜੇ ਤੁਸੀਂ ਗੱਲ ਕਰੋਗੇ ਵੀ ਡਾਇਵਰਸੀਫਿਕੇਸ਼ਨ ਦੀ, ਤੁਸੀਂ ਗੱਲ ਕਰੋਗੇ ਸਟੂਡੈਂਟ ਕੁਆਲਿਟੀ ਦੀ ਜਾਂ ਐਜੂਕੇਸ਼ਨ ਕੁਆਲਿਟੀ ਦੀ ਅਤੇ ਜਾਂ ਵਰਲਡ ਰੈਂਕ ਯੂਨੀਵਰਸਿਟੀਜ਼ ਦੀ ਗੱਲ ਕਰੋਗੇ ਤਾਂ ਮੇਰੇ ਖਿਆਲ ਯੂਰਪ ਇਸ ਟਾਈਮ 'ਚ ਕਿੱਥੇ ਵੀ ਘੱਟ ਨਹੀਂ ਹੈਗਾ। ਅਤੇ ਅੱਜ ਯੂਰਪ ਦੇ ਅੰਦਰ ਇੰਨਾ ਜ਼ਿਆਦਾ ਸਟੂਡੈਂਟ ਜਾ ਰਿਹਾ ਹੈ, ਜਰਮਨੀ ਐਮਬੈਸੀ ਪੂਰੀ ਜੈਮ ਪੈਕ ਹੈਗੀ, ਲਥੂਨੀਆ, ਲਾਟਵੀਆ, ਛੋਟੀ ਛੋਟੀ ਕੰਟਰੀ ਦੀ ਗੱਲ ਕਰ ਰਿਹਾ, ਮੈਂ ਫਰਾਂਸ ਦੀ ਗੱਲ ਕਰ ਰਿਹਾ, ਇੱਥੇ ਅੱਜ ਕੱਲ੍ਹ ਇੰਨਾ ਬੱਚਾ ਜਾ ਰਿਹਾ ਕਿ ਕਈ ਐਮਬੈਸੀਆਂ ਦੇ ਅੰਦਰ ਤਾਂ 3-3 ਮਹੀਨੇ ਦੀ ਵੇਟਿੰਗ ਹੈਗੀ, ਕਿਉਂਕਿ ਅੱਜ ਬੱਚਾ ਕਹਿੰਦਾ ਮੈਂ ਕੁਆਲਿਟੀ ਐਜੂਕੇਸ਼ਨ ਲੈਣੀ ਹੈਗੀ। ਲੇਕਿਨ ਪ੍ਰੋਬਲਮ ਇਹ, ਜਦ ਅਸੀਂ ਯੂਰਪ ਦੀ ਗੱਲ ਕਰਦੇ ਹਾਂ ਉਸੇ ਟਾਈਮ ਬੇਸਿਕਲੀ ਸਾਡੇ ਕੋਲ 26 ਤੋਂ ਲੈ ਕੇ 30 ਦੇਸ਼ਾਂ ਦੀ ਗੱਲ ਹੋ ਜਾਂਦੀ, 26 ਸ਼ੈਂਗਨ ਅਤੇ 30-31 ਜਿਹੜੇ ਨੋਨ ਸ਼ੈਂਗਨ ਵੀ ਆ ਜਾਂਦੇ ਨੇ। ਇਹਨਾਂ ਸਾਰੀਆਂ ਕੰਟਰੀਆਂ ਨੂੰ ਲੈ ਕੇ ਅਸੀਂ ਇੱਕੋ ਸਵਾਲ ਹਮੇਸ਼ਾ ਗੱਲ ਡਿਸਕਸ ਕੀਤੀ ਵੀ ਕਿਉਂ ਨਹੀਂ ਇਹ ਕੰਟਰੀਜ਼ ਆਪਣੀ ਕੰਟਰੀਜ਼ ਨੂੰ, ਯੂਨੀਵਰਸਿਟੀ ਇਹ ਕੰਟਰੀ ਦੀ ਪ੍ਰਮੋਟ ਨਹੀਂ ਕਰਦੀ ਜੀ? ਬਿਲਕੁਲ ਪ੍ਰਮੋਟ ਕਰਦੀ ਹੈਗੀ, ਲੇਕਿਨ ਯੂਰਪ ਦਾ ਪ੍ਰਮੋਸ਼ਨ ਬੜਾ ਸਿੰਪਲ ਹੈ ਵੀ ਐਜੂਕੇਸ਼ਨ ਸਾਡੇ ਵਾਸਤੇ ਬਿਜ਼ਨਸ ਨਹੀਂ ਹੈ, ਬਿਜ਼ਨਸ ਇੰਡਸਟਰੀ ਨਹੀਂ ਹੈ। ਬਿਲਕੁਲ ਜੀ, ਇਹ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਕਰਕੇ ਨਹੀਂ ਹੈਗਾ ਕਿ ਬੇਸਿਕਲੀ ਵੀ ਤੁਸੀਂ ਆਪਣਾ ਪੂਰਾ ਡਿਵੀਜ਼ਨ ਖੋਲ ਲਿਆ, ਏਰੀਆ ਮੈਂਬਰਸ਼ਿਪ ਕਰ ਲਓ ਜਾਂ ਤੁਸੀਂ ਕੈਨੇਡਾ ਨਿਊਜ਼ੀਲੈਂਡ ਸਪੈਸ਼ਲਿਸਟ ਏਜੰਟ ਕਰ ਲਓ। ਇਹ ਬਿਲਕੁਲ ਏਜੰਟ ਦੇ ਥਰੂ ਹੀ ਇਹਨਾਂ ਨੇ ਐਜੂਕੇਸ਼ਨ ਵੇਚੀ ਹੈ ਬਈ। ਬੇਸਿਕਲੀ ਹੁਣੇ ਮੈਂ ਨਿਊਜ਼ੀਲੈਂਡ ਦਾ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ ਉਹਨਾਂ ਦੇ ਮਿਨਿਸਟਰ ਦਾ ਕਿ ਬਈ ਏਜੰਟ ਨੂੰ ਟ੍ਰੇਨ ਕਰੋ, ਏਜੰਟ ਨੂੰ ਰੀਟ੍ਰੇਨ ਕਰੋ, ਏਜੰਟ ਦੀ ਕੁਆਲੀਫਿਕੇਸ਼ਨ ਨੂੰ ਰੀਟ੍ਰੇਨ ਕਰੋ ਤਾਂ ਕਿ ਏਜੰਟ ਸਾਡੀ ਕੰਟਰੀ ਨੂੰ ਚੰਗਾ ਕਰ ਸਕੇ। ਜਿਹੜਾ ਵਰਡ ਏਜੰਟ ਆ ਜਾਂਦਾ ਹੈ ਯੂਰਪ 'ਚ, ਏਜੰਟ ਵਰਡ ਪਹਿਲਾਂ ਹੀ ਨੈਗੇਟਿਵ ਹੈਗਾ ਬਈ। ਤੁਸੀਂ ਕਿਸੇ ਬੱਚੇ ਕੋਲੋਂ ਪੈਸੇ ਨਹੀਂ ਬਣਾ ਸਕਦੇ। ਮੈਂ ਅੱਜ ਕੱਲ੍ਹ ਖੁੱਲ੍ਹੇ ਮਨ 'ਚ ਕਹਿ ਰਿਹਾ ਵੀ ਯੂਰਪ ਜਿਹੜਾ ਕਹਿੰਦਾ ਵੀ ਬੱਚੇ ਨੂੰ ਪੜ੍ਹਾਈ ਵਾਸਤੇ ਭੇਜੋ, ਬੱਚੇ ਕੋਲੋਂ ਪੈਸੇ ਦੀ ਘੱਟ ਤੋਂ ਘੱਟ ਪੈਸੇ ਦੇ ਅੰਦਰ ਬੱਚੇ ਨੂੰ ਪੜ੍ਹਾਈ ਮਿਲਣੀ ਚਾਹੀਦੀ ਹੈ, ਇਹ ਇਹਨਾਂ ਦਾ ਮੋਟੋ ਹੈਗਾ। ਲੇਕਿਨ ਕਿਉਂਕਿ ਸਾਰੀਆਂ ਕੰਟਰੀਆਂ ਛੋਟੀ ਛੋਟੀ ਹੈਗੀਆਂ ਨੇ, ਹਰ ਕੰਟਰੀ ਦੇ ਅੰਦਰ ਆਪਣੀ ਇੱਕ ਐਮਬੈਸੀ ਹੈ, ਹਰ ਐਮਬੈਸੀ ਦਾ ਆਪਣਾ ਇੱਕ ਸਟਾਫ ਸਿਸਟਮ ਹੈਗਾ। ਛੋਟੀ ਕੰਟਰੀ ਦੇ ਅੰਦਰ 3 ਤੋਂ ਲੈ ਕੇ 4 ਲੋਕਾਂ ਦਾ ਸਟਾਫ ਬੈਠਦਾ ਸਿਰਫ, ਅਤੇ ਥੋੜ੍ਹੀ ਵੱਡੀ ਕੰਟਰੀ ਲੈ ਲੈਂਦੇ ਜਰਮਨੀ, ਥੋੜ੍ਹਾ ਵੱਡਾ ਸਟਾਫ ਹੈਗਾ। ਲੇਕਿਨ ਸਾਰਿਆਂ ਨੇ ਇੱਕੋ ਗੱਲ ਕਲੀਅਰ ਕਰਤੀ ਵੀ ਸਾਨੂੰ ਬੰਦਾ ਚਾਹੀਦਾ, ਕਿਉਂਕਿ ਸਾਡੀ ਆਪਣੀ ਮੈਨ ਪਾਵਰ ਜਿਹੜੀ ਹੈਗੀ ਉਹ ਰਿਟਾਇਰ ਹੋ ਰਹੀ ਹੈ ਅਤੇ ਸਾਨੂੰ ਸਕਿੱਲ ਲੇਬਰ ਚਾਹੀਦੀ ਹੈ। ਹੁਣ ਸਕਿੱਲ ਲੇਬਰ ਇੰਨੀ ਜ਼ਿਆਦਾ, 2008 ਤੋਂ ਮੈਂ ਗੱਲ ਕਰ ਰਿਹਾ ਜੀ ਸਕਿੱਲ ਲੇਬਰ ਚਾਹੀਦੀ ਹੈ, 2018 ਚੱਲ ਰਿਹਾ, 10 ਸਾਲ ਬਾਅਦ ਦੀ ਮੈਂ ਗੱਲ ਕਰ ਰਿਹਾ, ਹੁਣ ਤਾਂ ਬਹੁਤ ਜਲਦੀ ਚਾਹੀਦੀ ਹੈ। ਫਿਨਲੈਂਡ ਦਾ ਆਰਟੀਕਲ ਦੇਖ ਲਓ, ਜਰਮਨੀ ਦਾ ਜੋਬ ਸੀਕਰ ਵੀਜ਼ਾ ਦੇਖ ਲਓ, ਡੈਨਮਾਰਕ ਦੀ ਵਰਕ ਪਰਮਿਟ ਸਕੀਮ ਦੇਖ ਲਓ, ਨੀਦਰਲੈਂਡ ਨੇ ਸਾਲ ਦਾ ਕਰਤਾ ਵੀਜ਼ਾ ਬੱਚੇ ਨੂੰ ਰੋਕਣ ਵਾਸਤੇ। ਕਿਉਂ? ਕਿਉਂਕਿ ਤੁਹਾਡੇ ਕੋਲ ਟੈਲੈਂਟ ਤਾਂ ਹੈ ਹੀ ਨਹੀਂ,
ਤੁਸੀਂ ਬੇਸਿਕਲੀ ਆਪਣੀ ਲੋਕਲ ਇੰਡਸਟਰੀ ਨੂੰ ਕੀ ਦਿਓਗੇ। ਸਵੀਡਿਸ਼ ਕੰਪਨੀਜ਼, ਜਰਮਨ ਕੰਪਨੀਜ਼ ਨੇ ਬੇਸਿਕਲੀ ਕਲੀਅਰ ਕਰਤਾ ਵੀ 1.5 ਸਾਲ ਦਾ ਕਿਉਂ ਦਿੱਤਾ, ਇਹ ਜਰਮਨ ਜੋਬ ਸੀਕਰ ਵੀਜ਼ਾ ਕਿਉਂ ਖੁੱਲਿਆ ਸੀਗਾ। ਉਹ ਇਸ ਕਰਕੇ ਖੁੱਲਿਆ ਵੀ ਜਿਹੜੇ ਸਟੈਮ ਕੈਟੇਗਰੀ 'ਚ ਆਉਂਦੇ ਨੇ, ਸਾਇੰਸ ਟੈਕਨੋਲੋਜੀ ਦੇ ਅੰਦਰ ਆਉਂਦੇ ਨੇ, ਇਹਨਾਂ ਬੱਚਿਆਂ ਨੂੰ ਅਸੀਂ ਡਾਇਰੈਕਟਲੀ ਵੀ ਲੈ ਕੇ ਆਈਏ। ਉਹ ਗੱਲ ਵੱਖਰੀ ਹੈਗੀ ਜਿਹੜਾ ਬੰਦਾ ਡਾਇਰੈਕਟਲੀ ਅਪਲਾਈ ਕਰਦਾ ਜਰਮਨ ਜੋਬ ਸੀਕਰ ਵੀਜ਼ਾ, ਤੁਹਾਡੇ ਕੋਲ ਜਰਮਨ ਲੈਂਗੁਏਜ ਹੋਣੀ ਜ਼ਰੂਰੀ ਹੈਗੀ, ਕਿਉਂਕਿ ਜੋਬ ਨਹੀਂ ਮਿਲਦੀ ਅਦਰਵਾਈਜ਼, ਵੀਜ਼ਾ ਤਾਂ ਮਿਲ ਜਾਂਦਾ ਹੈਗਾ। ਇਹਨਾਂ ਕੰਟਰੀਆਂ ਤੋਂ ਸਕੈਂਡੀਨੇਵੀਅਨ ਕੰਟਰੀਜ਼ ਦੇ ਅੰਦਰ, ਜਿਹੜੀ ਕੰਟਰੀ ਅੱਜ ਕੱਲ੍ਹ ਬੱਚੇ ਬਿਲਕੁਲ ਨਾ ਨਹੀਂ ਸੁਣ ਰਹੇ ਸੀਗੇ, ਜਿਹੜੀ ਅੱਜ ਅਸੀਂ ਡਿਸਕਸ ਕਰਨ ਲੱਗੇ, ਫਿਨਲੈਂਡ ਨੂੰ ਲੈ ਕੇ ਅਸੀਂ ਗੱਲ ਕਰਾਂਗੇ, ਕਿਉਂਕਿ ਫਿਨਲੈਂਡ ਆ ਗਿਆ ਜੀ ਇੰਡੀਆ ਹੁਣ। ਫਿਨਲੈਂਡ ਦੀ ਐਮਬੈਸੀ, ਫਿਨਲੈਂਡ ਦੀ ਯੂਨੀਵਰਸਿਟੀਜ਼ ਅਤੇ ਫਿਨਲੈਂਡ ਦੀ ਮਿਨਿਸਟਰੀ ਨੇ ਕਲੀਅਰ ਕਰਤਾ ਵੀ ਸਾਨੂੰ ਬੇਸਿਕਲੀ ਇੰਡੀਆ ਸਾਡੀ ਟਾਰਗੇਟ ਮਾਰਕੀਟ ਹੈ, ਚਾਈਨਾ ਸਾਡੀ ਟਾਰਗੇਟ ਮਾਰਕੀਟ ਹੈਗੀ, ਕਿਉਂਕਿ ਇੱਥੇ ਦੇ ਬੱਚੇ ਜਿਹੜੇ ਹੈਗੇ ਨੇ ਉਹ ਸਾਡੇ ਇੰਪਲੋਇਜ਼ ਨੂੰ ਕਾਫੀ ਫੇਵਰੇਟ ਹੈਗੇ। ਐਜੂਕੇਸ਼ਨ ਰਾਈਟ ਹੈ, ਇੱਕ ਹੱਕ ਹੈ ਹਰ ਬੱਚੇ ਦਾ ਲੈਣਾ, ਜੋ ਕਿ ਯੂਰਪ ਮੰਨਦਾ ਵੀ ਹੈ। ਯੂਰਪੀਅਨ ਐਜੂਕੇਸ਼ਨ ਜਿਹੜੀ ਸਿਸਟਮ ਹੈ ਉਹਨੂੰ ਇਕੋਨੋਮਿਕਲੀ ਕਹੀਏ ਜਾਂ ਕਹੀਏ ਬਿਜ਼ਨਸ ਵਜੋਂ ਨਹੀਂ ਦੇਖਦੀ ਐਜੂਕੇਸ਼ਨ ਸਿਸਟਮ ਨੂੰ, ਬਟ ਉਹ ਤਾਂ ਹੀ ਰਿਲੈਕਸੇਸ਼ਨ ਜ਼ਿਆਦਾ ਦਿੰਦੇ ਨੇ, ਅਤੇ ਸਾਨੂੰ ਲੱਗਦਾ ਸ਼ਾਇਦ ਯੂਰਪ ਸੌਖਾ ਹੈ ਅਤੇ ਇੱਥੇ ਜ਼ਿਆਦਾ ਵਧੀਆ ਕੁਆਲਿਟੀ ਨਹੀਂ ਮਿਲਣੀ। ਜਿਹੜੀ ਚੀਜ਼ ਸੌਖੀ ਮਿਲ ਜਾਏ ਨਾ ਉਹਨੂੰ ਲੱਗਦਾ ਵੀ ਸ਼ਾਇਦ ਇਹ ਵਧੀਆ ਨਹੀਂ ਹੈਗੀ। ਅਮਨ ਜੀ ਸੌਖੀ ਨਹੀਂ ਹੈ ਐਕਚੁਲੀ, ਨਾ ਯੂਰਪ ਦੀ ਐਜੂਕੇਸ਼ਨ ਨੂੰ ਐਕਸਪਲੋਇਟ ਬੜਾ ਕੀਤਾ ਜਾਂਦਾ, ਠੀਕ ਹੈ ਜੀ, ਸਰਵਿਸ ਫੀ ਦੇ ਨਾਂ 'ਤੇ, ਬੇਸਿਕਲੀ ਵੀਜ਼ਾ ਲਗਵਾਉਣ ਦੇ ਨਾਂ 'ਤੇ, ਐਂਟਰੀ ਕਰਾਉਣ ਦੇ ਨਾਂ 'ਤੇ, ਟੂਰਿਸਟ ਵੀਜ਼ਾ 'ਤੇ ਭੇਜ ਦਿੰਦੇ ਬੱਚੇ ਨੂੰ, ਤੁਹਾਨੂੰ ਬੰਦਾ ਪੱਕਾ ਕਰਾ ਦਾਂਗੇ ਜੀ। ਇਹ ਸਾਰੀਆਂ ਚੀਜ਼ਾਂ ਕਰਕੇ ਬੇਸਿਕਲੀ ਯੂਰਪ ਨੂੰ ਐਕਸਪਲੋਇਟ ਕੀਤਾ ਜਾਂਦਾ। ਅੱਜ ਕੈਨੇਡਾ ਐਕਸਪਲੋਇਟ ਕਿਉਂ ਨਹੀਂ ਹੋ ਰਿਹਾ? ਕੈਨੇਡਾ ਦੇ ਸਾਰੇ ਰੂਲਸ ਰੈਗੂਲੇਸ਼ਨ ਉਹਨਾਂ ਦੀ ਵੈਬਸਾਈਟ 'ਤੇ ਹੈਗੇ ਨੇ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਵੀ SPP ਹੈਗਾ ਜਾਂ SDA ਹੈਗਾ, ਜੋ ਵੀ ਸਕੀਮਸ ਹੈਗੀਆਂ ਨੇ ਕੈਨੇਡਾ ਦੀਆਂ, ਸਾਰਿਆਂ ਨੂੰ ਪਤਾ ਹੈ ਕਿ ਸਾਰੇ ਕੰਸਰਨ ਨੂੰ ਪਤਾ ਵੀ ਅਸੀਂ ਇੱਕੋ ਡਾਇਰੈਕਸ਼ਨ ਚੱਲ ਰਹੇ ਹੈਗੇ ਹਾਂ। ਲੇਕਿਨ ਯੂਰਪ ਦੇ ਅੰਦਰ ਅੱਜ ਬੇਸਿਕਲੀ ਇੱਕ ਕੰਸਰਨ ਇੱਕ ਰੂਲ ਦੱਸ ਰਿਹਾ ਹੈਗਾ, ਦੂਜਾ ਕੰਸਰਨ ਦੂਜਾ ਰੂਲ ਦੱਸ ਰਿਹਾ ਹੈਗਾ, ਬੱਚਾ ਕਨਫਿਊਜ਼ ਹੈ ਵੀ ਇਹ ਸਹੀ ਹੈਗਾ ਜਾਂ ਉਹ ਸਹੀ ਹੈਗਾ। ਇਹਨਾਂ ਸਾਰੀਆਂ ਚੀਜ਼ਾਂ 'ਚ ਨੁਕਸਾਨ ਬੱਚੇ ਦਾ ਹੀ ਹੈਗਾ, ਏਜੰਟ ਨੇ ਤਾਂ ਆਪਣੇ ਪੈਸੇ ਪੂਰੇ ਲੈ ਲੈਣੇ ਹੈਗੇ ਨੇ। ਲੇਕਿਨ ਕੁਝ ਕੰਟਰੀ ਜਿਹੜੀ ਹੈਗੀਆਂ ਨੇ ਉਹਨਾਂ ਨੇ ਇੱਕ ਸਟਰੋਂਗ ਸਟੈਪ ਲਿੱਤਾ ਹੈਗਾ ਵੀ ਉਹਨਾਂ ਕੰਟਰੀਆਂ ਦੇ ਅੰਦਰ ਕਾਫੀ ਜ਼ਿਆਦਾ ਸਟਰੋਂਗ, ਹੁਣੇ ਮੇਰੀ ਫਿਨਲੈਂਡ ਐਮਬੈਸੀ ਦੇ ਨਾਲ ਅਗਲੇ ਵੀ ਮੀਟਿੰਗ ਵੀ ਹੈਗੀ ਇਸ ਚੀਜ਼ ਨੂੰ ਲੈ ਕੇ, ਜਿਹਦੇ ਅੰਦਰ ਅਸੀਂ ਇਹ ਦੇਖ ਰਹੇ ਹਾਂ ਵੀ ਅਸੀਂ ਫਿਨਲੈਂਡ ਨੂੰ ਇੰਡੀਆ 'ਚ ਕਿੱਦਾਂ ਪ੍ਰਮੋਟ ਕਰੀਏ। ਫਿਨਲੈਂਡ ਵੀ 2017 ਤੱਕ ਫਰੀ ਐਜੂਕੇਸ਼ਨ ਸੀਗੀ, 2018 ਤੋਂ ਫਿਨਲੈਂਡ ਹੋ ਗਿਆ ਪੇਡ ਐਜੂਕੇਸ਼ਨ। ਇਹਦਾ ਮਤਲਬ ਇਹ ਹੈਗਾ 2018 ਤੋਂ ਪਹਿਲਾਂ ਫਿਨਲੈਂਡ ਦੇ ਅੰਦਰ ਹਰ ਬੱਚਾ ਫਰੀ 'ਚ ਪੜ੍ਹ ਸਕਦਾ ਸੀਗਾ। ਲੇਕਿਨ ਤੁਹਾਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ ਵੀ 800 ਇੰਡੀਅਨ ਸਟੂਡੈਂਟ ਸਿਰਫ ਪੜ੍ਹਦਾ ਹੈ ਫਿਨਲੈਂਡ ਯੂਨੀਵਰਸਿਟੀ ਦੇ ਅੰਦਰ। ਅਤੇ ਇੱਕ ਬੱਚੇ ਨੇ ਮੈਨੂੰ ਪੁੱਛਿਆ, ਸਰ ਜੇ ਫਰੀ ਐਜੂਕੇਸ਼ਨ ਸੀਗੀ ਫਿਰ ਸਿਰਫ 800 ਕਿਉਂ ਹੈਗਾ ਅਤੇ 98,000 ਇੰਡੀਆ ਕੈਨੇਡਾ 'ਚ ਪੜ੍ਹ ਰਿਹਾ ਹੈਗਾ? ਰੀਜ਼ਨ ਇਹ ਸੀਗਾ, ਫਿਨਲੈਂਡ ਦੇ ਅੰਦਰ ਜਨਵਰੀ ਅਤੇ ਫੈਬਰੀ ਦੇ ਅੰਦਰ ਸਾਰੀਆਂ ਯੂਨੀਵਰਸਿਟੀਆਂ ਆਪਣਾ ਐਡਮਿਸ਼ਨ ਕਲੋਜ਼ ਕਰ ਦਿੰਦੇ ਨੇ, ਅਤੇ ਜਿਹਨੇ ਸਤੰਬਰ 'ਚ ਜਾਣਾ ਹੈਗਾ ਉਸ ਬੱਚੇ ਨੂੰ ਬੜਾ ਮੋਟੀਵੇਟਿਡ ਸਟੂਡੈਂਟ ਹੈਗਾ ਜਿਹੜਾ ਦਸੰਬਰ ਜਨਵਰੀ ਫਰਵਰੀ ਦਾ ਆਪਣੀ ਐਪਲੀਕੇਸ਼ਨ ਐਡਮਿਸ਼ਨ ਅਪਲਾਈ ਕਰ ਰਿਹਾ ਹੈਗਾ, ਐਡਮਿਸ਼ਨ ਲੈ ਰਿਹਾ ਹੈਗਾ। ਫਿਨਲੈਂਡ ਦੇ ਅੰਦਰ ਮੈਕਸੀਮਮ ਜਿਹੜੇ ਬੈਨੀਫਿਟਸ ਹੈਗੇ ਨੇ ਉਹ ਤੁਸੀਂ ਕੰਪੇਅਰ ਕਰੋਗੇ ਬਾਕੀ ਕੰਟਰੀਆਂ ਤੋਂ। ਇਗਜ਼ਾਮਪਲ, ਤੁਹਾਡਾ ਪਾਰਟ ਟਾਈਮ ਜੋਬ ਜਿਹੜੀ ਹੈਗੇ ਨੇ 25 ਘੰਟੇ ਕੰਮ ਤੁਹਾਨੂੰ ਕਰਨਾ ਲਾਉਂਦਾ ਐਜ਼ ਅ ਸਟੂਡੈਂਟ। ਸਟੂਡੈਂਟ ਫੁੱਲ ਟਾਈਮ ਕੰਮ ਕਰ ਸਕਦਾ ਹੈਗਾ, ਡਿਊਰਿੰਗ ਦ ਸਟੱਡੀਜ਼ ਆਲਸੋ ਵੀ ਕਰ ਸਕਦਾ, ਬਸ਼ਰਤ ਇਹ ਹੈਗਾ ਉਹ ਕੰਮ ਉਹਦੇ ਥੀਸਿਸ ਉਹਦੇ ਪ੍ਰੋਜੈਕਟ ਦੇ ਨਾਲ ਅਕੋਰਡਿੰਗਲੀ ਹੋਏ। ਜੇਕਰ ਤੁਸੀਂ ਪਾਰਟ ਟਾਈਮ ਹੀ ਕਰਦੇ ਹੋ, ਤੁਸੀਂ ਡਿਊਰਿੰਗ ਹੋਲੀਡੇਜ਼ ਫੁੱਲ ਟਾਈਮ ਕਰ ਸਕਦੇ ਹੋ, ਅਤੇ ਫੁੱਲ ਟਾਈਮ ਹੋਲੀਡੇਜ਼ 4 ਮਹੀਨੇ ਦੀ ਹੁੰਦੀ ਹੈ, ਮਈ ਜੂਨ ਜੁਲਾਈ ਅਗਸਤ। ਅਤੇ ਬੱਚਿਆਂ ਨੂੰ ਜਿਹੜੀ ਲਿਵਿੰਗ ਐਕਸਪੈਂਸਿਸ ਹੈਗੇ ਨੇ ਉਹ ਦਿਖਾਉਣ ਵਾਸਤੇ ਸਿਰਫ 5,60,000 ਰੁਪਇਆ ਚਾਹੀਦਾ ਹੈਗਾ, 5,60,000 ਰੁਪੀਜ਼ ਆਪਣੇ ਪਰਸਨਲ ਅਕਾਊਂਟ ਦੇ ਅੰਦਰ। ਸੋਰਸ ਆਫ ਫੰਡਿੰਗ ਨਹੀਂ ਮੰਗੀ ਜਾਂਦੀ ਹੈਗੀ ਕਿਸੇ ਕੋਲੋਂ। ਬੱਚੇ ਨੂੰ ਜੇਕਰ ਸਪਾਊਸ ਲੈ ਕੇ ਜਾਣਾ ਹੈਗਾ, ਸਪਾਊਸ ਨੂੰ ਆਉਣਾ ਅਲਾਊਡ ਹੈ, ਸਪਾਊਸ ਨੇ ਵੀ 5,60,000 ਦਿਖਾਉਣੇ ਨੇ ਆਪਣੇ ਅਕਾਊਂਟ 'ਚ ਦਿਖਾਉਣੇ ਹੈਗੇ ਨੇ, ਲੇਕਿਨ ਸਪਾਊਸ ਦੇ ਅੰਦਰ ਤੁਹਾਨੂੰ ਫੁੱਲ ਟਾਈਮ ਕੰਮ ਕਰਨਾ ਵੀ ਅਲਾਊਡ ਹੈਗਾ। ਗੇਮਸ ਲਾਈਕ ਐਂਗਰੀ ਬਰਡ ਦੀ ਗੱਲ ਕਰਦੇ ਹਾਂ, ਨੋਕੀਆ ਦੀ ਗੱਲ ਕਰਦੇ ਹਾਂ, ਟੋਪ ਨੋਚ ਕੰਪਨੀ ਦੀ ਗੱਲ ਕਰਦੇ ਹਾਂ, ਸਾਰੀ ਕੰਟਰੀਜ਼ ਸਾਰੀ ਕੰਪਨੀ ਫਿਨਿਸ਼ ਕੰਪਨੀ ਜਿਹੜੀ ਹੈਗੀਆਂ ਨੇ ਉਹਨਾਂ ਦਾ ਇੰਡੀਆ ਬੇਸ ਹੈਗਾ। ਡਾਇਰੈਕਟ ਫਲਾਈਟ ਫਿਨਏਅਰਵੇਜ਼ ਇੰਡੀਆ ਤੋਂ ਹੈਗੀ, ਬੇਸਿਕਲੀ 6 ਘੰਟੇ ਦੀ ਫਲਾਈਟ ਹੈ ਸਿਰਫ ਇੱਥੋਂ। ਹੈਲਸਿੰਕੀ ਇਹਨਾਂ ਦੀ ਮੇਨ ਕੈਪੀਟਲ ਹੈ, ਮੇਜਰਲੀ ਬਿਜ਼ਨਸ ਇੰਪੋਰਟ ਐਕਸਪੋਰਟ ਦੋਨੋਂ ਕਰਦਾ, ਇਕੋਨਮੀ ਇੰਪੋਰਟ 'ਤੇ ਵੀ ਹੈਗੀ ਐਕਸਪੋਰਟ 'ਤੇ ਵੀ ਹੈਗੀ। ਮੋਸਟ ਆਫ ਦੀ ਸਟੂਡੈਂਟ ਜਿਹੜੇ ਜਾ ਰਹੇ ਨੇ ਉਹ ਇੰਜੀਨੀਅਰਿੰਗ ਕੋਰਸ ਵਾਸਤੇ ਜਾ ਰਹੇ ਨੇ ਜਾਂ ਫਿਰ ਬਿਜ਼ਨਸ ਕੋਰਸ ਦੇ ਵਾਸਤੇ ਜਾ ਰਹੇ ਨੇ। ਸਟੂਡੈਂਟ ਨੂੰ ਸਭ ਤੋਂ ਪਹਿਲਾਂ ਗੱਲ ਆਉਂਦੀ ਵੀ PR ਦੀ ਗੱਲ ਆਉਂਦੀ ਵੀ ਯੂਰਪ 'ਚ 4 ਸਾਲ ਬੰਦਾ ਉੱਥੇ ਰਹੇ, ਪੜ੍ਹਾਈ ਕਰਨ ਤੋਂ ਬਾਅਦ ਉਹਨੂੰ PR ਮਿਲ ਜਾਂਦੀ ਹੈ। ਪੜ੍ਹਾਈ ਕਰਨ ਤੋਂ ਬਾਅਦ 4 ਸਾਲ, ਬਿਲਕੁਲ ਜੀ, 2 ਸਾਲ ਦਾ ਕੋਰਸ ਕਰੇ, 3 ਸਾਲ ਦਾ ਕੋਰਸ ਕਰੇ, ਬੈਚਲਰ ਕਰੇ ਜਾਂ ਮਾਸਟਰ ਕਰੇ, ਉਹਨੇ 4 ਸਾਲ ਉੱਥੇ ਰਹਿਣਾ ਹੈਗਾ। 4 ਸਾਲ ਇੰਕਲੂਡਿੰਗ ਜਿਹੜੇ ਪੜ੍ਹਾਈ ਦੇ 2 ਸਾਲ 3 ਸਾਲ ਨੇ ਉਹਨੂੰ ਇੰਕਲੂਡ ਕਰਕੇ 4 ਸਾਲ ਜਾਂ ਉਸ ਤੋਂ ਬਾਅਦ? ਨਹੀਂ ਜੀ, ਉਹਨਾਂ ਨੇ ਐਜੂਕੇਸ਼ਨ ਨੂੰ ਵੱਖਰਾ ਕਰਨਾ ਹੈਗਾ ਅਤੇ ਉਹਨਾਂ ਨੇ ਤੁਹਾਡੇ 4 ਸਾਲ ਜਿਹੜੇ, ਉਸ ਤੋਂ ਬਾਅਦ 4 ਸਾਲ, ਬਿਲਕੁਲ ਜੀ। ਉਸ ਤੋਂ ਬਾਅਦ ਤੁਹਾਡਾ ਜਿਹੜਾ ਸਟੇ ਬੈਕ ਆਪਸ਼ਨ ਹੈਗਾ ਉਹ 1 ਈਅਰ ਹੈਗਾ।
ਬਈ ਹਾਂ ਜਿੱਦਾਂ ਸਵੀਡਨ 6 ਮਹੀਨੇ ਹੈ, ਡੈਨਮਾਰਕ 6 ਮਹੀਨੇ ਹੈਗਾ, ਨਾਰਵੇ 6 ਮਹੀਨੇ ਹੈਗਾ, ਲੇਕਿਨ ਫਿਨਲੈਂਡ ਦੇ ਰਿਹਾ ਇੱਕ ਸਾਲ ਦਾ, ਕਿਉਂਕਿ ਫਿਨਲੈਂਡ ਨੂੰ ਬਹੁਤ ਜ਼ਿਆਦਾ ਇੰਪਲੋਈਜ਼ ਚਾਹੀਦੇ ਹੈਗੇ ਨੇ। ਇਹਨਾਂ ਦੇ ਮਿਨਿਸਟਰ ਨੇ ਅੱਜ ਤੋਂ ਪਹਿਲਾਂ 5 ਸਾਲ ਪਹਿਲਾਂ ਵੀ ਇਹੀ ਸਟੇਟਮੈਂਟ ਦਿੱਤੀ ਸੀ ਵੀ ਫਿਨਲੈਂਡ ਨੂੰ ਟੈਕ ਦੇ ਅੰਦਰ ਅਤੇ ਬਿਜ਼ਨਸ ਦੇ ਅੰਦਰ ਕਾਫੀ ਇੰਪਲੋਈਜ਼ ਦੀ ਲੋੜ ਹੈਗੀ। ਇੱਕ 95% ਬਿਜ਼ਨਸ ਮੀਟਿੰਗਸ ਫਿਨਲੈਂਡ ਦੇ ਅੰਦਰ ਇੰਗਲਿਸ਼ 'ਚ ਹੁੰਦੀ ਹੈ। 1% ਬੰਦਾ ਬੇਸਿਕਲੀ ਰਸ਼ੀਅਨ ਲੈਂਗੁਏਜ ਬੋਲਦਾ ਹੈਗਾ, ਮੋਸਟਲੀ ਲੋਕ ਜਾਂ ਤਾਂ ਫਿਨਿਸ਼ ਬੋਲਦੇ ਨੇ ਜਾਂ ਫਿਰ ਉਹ ਸਵੀਡਿਸ਼ ਬੋਲਦੇ ਨੇ ਜਾਂ ਫਿਰ ਉਹ ਇੰਗਲਿਸ਼ ਬੋਲਦੇ ਹੈਗੇ ਨੇ। ਸਟੂਡੈਂਟਸ ਦੇ ਵਾਸਤੇ ਬੈਨੀਫਿਟ ਇਹ ਹੈਗਾ ਕਿ ਬਈ ਬੱਚਿਆਂ ਨੂੰ ਜਿਹੜੀ ਪਾਰਟ ਟਾਈਮ ਜੋਬਸ ਹੈਗੇ ਨੇ ਉਹ 10 ਯੂਰੋ ਪਰ ਆਵਰ ਘੰਟਾ ਅਪਰੋਕਸੀਮੇਟਲੀ ਬੱਚਾ ਕਮਾ ਲੈਂਦਾ ਹੈਗਾ। ਜੇਕਰ ਬੱਚਾ 25 ਘੰਟੇ ਕੰਮ ਕਰਦਾ ਸਾਲ ਦਾ, ਮਹੀਨੇ ਦਾ 100 ਘੰਟੇ ਹੋ ਗਿਆ, 1000 ਯੂਰੋ ਦੀ ਬੱਚਾ ਇਨਕਮ ਲੈ ਕੇ ਆ ਰਿਹਾ। ਮੈਂ ਕਹਿੰਦਾ 1000 ਯੂਰੋ ਕਮਾ ਕੇ ਬੱਚਾ ਆਪਣਾ ਪਾਰਟ ਟਾਈਮ ਜੋਬ ਦੇ ਅੰਦਰ ਪੈਸੇ ਬਚਾ ਲੈਂਦਾ ਲਿਵਿੰਗ ਐਕਸਪੈਂਸਿਸ ਤੋਂ ਵੀ। ਟਿਊਸ਼ਨ ਫੀ ਉਹੀ ਗੱਲ ਆਉਂਦੀ ਹੈ, 5 ਤੋਂ ਲੈ ਕੇ 6 ਲੱਖ ਰੁਪਏ 'ਚ ਬੈਚਲਰ ਕੋਰਸਿਸ ਮਿਲਣਗੇ। ਫਿਨਲੈਂਡ ਦੇ ਅੰਦਰ 2 ਕਿਸਮ ਦੀ ਯੂਨੀਵਰਸਿਟੀ ਹੈਗੇ ਨੇ, ਯੂਨੀਵਰਸਿਟੀ ਆਫ ਰਿਸਰਚ, ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਸ। 25 ਯੂਨੀਵਰਸਿਟੀਆਂ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਸ ਹੈਗੇ ਨੇ, ਬਾਕੀ 6 ਯੂਨੀਵਰਸਿਟੀ ਜਿਹੜੀ ਹੈਗੀ ਨੇ ਉਹ ਰਿਸਰਚ ਯੂਨੀਵਰਸਿਟੀ ਹੈਗੇ ਨੇ। ਮੋਸਟਲੀ ਯੂਨੀਵਰਸਿਟੀਜ਼ ਵਰਲਡ ਰੈਂਕ 'ਚ ਆਉਂਦੀਆਂ ਨੇ। ਯੂਨੀਵਰਸਿਟੀ ਅਪਲਾਈਡ ਸਾਇੰਸ ਕਹਿੰਦੀ ਹੈ ਵੀ ਜੇਕਰ ਤੁਸੀਂ ਬੈਚਲਰ ਸਾਡੇ ਕੋਲ ਕਰ ਰਹੇ ਹੋ ਤਾਂ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਏਗਾ, ਫਿਰ ਤੁਸੀਂ ਮਾਸਟਰ ਕਰੋਗੇ। ਇਹ ਲਾਅ ਅਬੋਲਿਸ਼ ਹੋਣ ਲੱਗਿਆ ਹੈਗਾ ਅਗਲੇ ਸਾਲ ਵਾਸਤੇ, ਅਤੇ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਸ ਵੀ ਮਾਸਟਰਸ ਪ੍ਰੋਗਰਾਮ ਦੇਣੇ ਸ਼ੁਰੂ ਕਰ ਦੇਣਗੇ। ਪਰ ਐਟ ਦ ਮੂਮੈਂਟ ਮੋਸਟਲੀ ਜਿਹੜਾ ਬੱਚਾ ਜਾ ਰਿਹਾ ਇੰਡੀਆ ਤੋਂ ਉਹ ਬੱਚੇ ਪਹਿਲਾਂ ਸੀਗੇ ਵੀ ਆਇਲਸ ਮੈਂਡੇਟਰੀ ਸੀਗਾ, ਸੈਟ ਮੈਂਡੇਟਰੀ ਸੀਗਾ। ਕੁਛ ਫਿਨਲੈਂਡ ਦੀ ਯੂਨੀਵਰਸਿਟੀ ਨੂੰ ਅਸੀਂ ਇੰਡੀਆ ਲੈ ਕੇ ਆਏ ਹਾਂ ਜਿਨ੍ਹਾਂ ਦੇ ਅੰਦਰ ਅਸੀਂ ਸੈਟ ਰਿਮੂਵ ਕਰਾਇਆ ਹੈ ਬੱਚਿਆਂ ਨੂੰ, ਆਇਲਸ ਰਿਮੂਵ ਕਰਾਇਆ ਹੈ, ਬਟ ਗੱਲ ਉਹੀ ਆ ਗਈ ਜੀ, ਆਇਲਸ ਰਿਮੂਵ ਕੀਤਾ ਹੈ, ਅੰਗਰੇਜ਼ੀ ਰਿਮੂਵ ਨਹੀਂ ਕੀਤੀ। ਸਕਾਈਪ ਇੰਟਰਵਿਊ ਮੈਂਡੇਟਰੀ ਕਰਤਾ ਅਸੀਂ ਯੂਨੀਵਰਸਿਟੀ ਦੇ ਨਾਲ, ਅਸੀਂ ਬੱਚਿਆਂ ਨੂੰ ਸਕਾਈਪ ਇੰਟਰਵਿਊ ਕਰਵਾ ਕੇ ਜਨਵਰੀ ਇਨਟੇਕ ਵਾਸਤੇ ਜਿਹੜੇ ਬੱਚੇ BBA ਕਰਨ ਜਾਂਦੇ ਨੇ, ਮੈਂ ਫਿਰ ਕਹਾਂਗਾ ਜੀ ਜਿਹੜੇ ਬੱਚੇ BBA ਕਰਨਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਫਿਨਲੈਂਡ ਖੁੱਲਿਆ ਹੋਇਆ ਹੈਗਾ। 15 ਸਤੰਬਰ ਤੱਕ ਅਸੀਂ ਐਪਲੀਕੇਸ਼ਨ ਲੈ ਰਹੇ ਹਾਂ ਕੁਛ ਯੂਨੀਵਰਸਿਟੀ ਵਾਸਤੇ, ਪਰ ਮੈਕਸੀਮਮ 1 ਅਕਤੂਬਰ ਤੱਕ ਅਸੀਂ ਐਪਲੀਕੇਸ਼ਨ ਲਵਾਂਗੇ। ਉਸ ਤੋਂ ਬਾਅਦ ਬੱਚਾ ਆਪਣਾ ਵੀਜ਼ਾ ਅਪਲਾਈ ਕਰੇਗਾ। ਜਿਹੜਾ ਬੱਚਾ ਬੇਸਿਕਲੀ ਫਿਨਲੈਂਡ ਜਾਏਗਾ ਇਸ ਇਨਟੇਕ 'ਚ ਜਨਵਰੀ 'ਚ, ਉਹ ਸਿਰਫ BBA 'ਚ ਜਾਏਗਾ ਮੋਸਟਲੀ, ਕਿਉਂਕਿ BBA ਦੇ ਅੰਦਰ ਆਰਟਸ, ਕਾਮਰਸ ਜਾਂ ਸਾਇੰਸ ਤਿੰਨੋਂ ਫੀਲਡ ਅਲਾਊਡ ਹੈਗੇ ਨੇ। ਜਿਹੜੇ ਆਲਰੇਡੀ 1 ਈਅਰ ਕਰ ਚੁੱਕੇ BBA ਦਾ ਕੰਟੀਨਿਊ ਕਰ ਸਕਦੇ? ਬਿਲਕੁਲ ਜੀ, ਉਹ ਵੀ ਟ੍ਰਾਂਸਫਰ ਕਰ ਸਕਦੇ ਹੈਗੇ ਨੇ। ਚਾਂਸਿਸ ਹੈਗੇ ਅਸੀਂ ਉਹਨਾਂ ਨੂੰ ਸੈਕਿੰਡ ਈਅਰ 'ਚ ਟ੍ਰਾਂਸਫਰ ਲੈ ਸਕਦੇ ਹਾਂ, ਲੇਕਿਨ ਜੇ ਸੈਕਿੰਡ ਈਅਰ ਨਹੀਂ ਮਿਲਦਾ ਹੈਗਾ ਤਾਂ ਫਸਟ ਈਅਰ ਫੋਰ ਸ਼ੋਰ ਗਰੰਟੀ ਮਿਲੇਗੀ। ਬੱਚਿਆਂ ਦਾ ਜਿਹੜਾ ਵੀਜ਼ਾ ਟਾਈਮਿੰਗ ਹੈਗਾ ਉਹ ਅਪਰੋਕਸੀਮੇਟਲੀ ਲੈ ਕੇ ਚੱਲਦੇ ਹਾਂ ਵੀ 1 ਹਫ਼ਤੇ ਤੋਂ ਲੈ ਕੇ ਲਗਭਗ 6 ਵੀਕਸ ਤੱਕ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈਗਾ। ਵੀਜ਼ਾ ਅਪਲਾਈ ਕਰਨ ਵਾਸਤੇ ਬੱਚੇ ਨੂੰ ਪੇਪਰ ਵਰਕ ਬਿਲਕੁਲ 0 ਹੈ, ਸਿਰਫ ਤੁਸੀਂ ਆਪਣੀ ਫੀਸ ਭਰਨੀ ਹੈਗੀ ਅਤੇ ਤੁਸੀਂ ਇਹ ਦਿਖਾਉਣਾ ਵੀ ਤੁਹਾਡੇ ਕੋਲ 5.5 ਲੱਖ ਰੁਪਇਆ ਤੁਹਾਡੇ ਪਰਸਨਲ ਅਕਾਊਂਟ 'ਚ ਹੈਗਾ, ਸੋਰਸ ਆਫ ਫੰਡ ਉਹ ਕਿੱਥੋਂ ਨਹੀਂ ਪੁੱਛਦੇ। ਦੂਜੀ ਗੱਲ, ਜਿਹੜੀ ਤੁਸੀਂ ਫਰੀ ਆਫ ਐਜੂਕੇਸ਼ਨ ਦੀ ਗੱਲ ਕੀਤੀ ਹੈ, ਚਾਹੇ ਉਹ ਜਰਮਨ ਹੈ ਜਾਂ ਫਿਨਲੈਂਡ ਹੈ, ਇਹ ਦੋਨੋਂ ਹੀ ਦੇਸ਼ ਜਿਹੜੇ ਫਰੀ ਐਜੂਕੇਸ਼ਨ ਨੂੰ ਲੈ ਕੇ ਕਰੀਏ, ਇਹ ਫਰੀ ਐਜੂਕੇਸ਼ਨ ਸਾਡੇ ਬਜਾਏ ਕਿ ਇਹਨੂੰ ਸਹੀ ਪ੍ਰਮੋਟ ਕਰਨ ਦਾ ਐਕਸਪਲੋਇਟ ਦਾ ਕਾਰਨ ਜ਼ਿਆਦਾ ਬਣ ਜਾਵੇ? ਬੱਚੇ ਨਹੀਂ ਨਹੀਂ ਫਰੀ ਹੈ ਜੀ, ਇਹਦੇ 'ਚ ਅਪਲਾਈ ਕਰ ਲਓ, ਜਿਹੜਾ ਨਹੀਂ ਵੀ ਉਹਦੇ ਚੱਲੇਜਬਲ ਉਹਦਾ ਵੀ ਅਪਲਾਈ ਕਰ ਦਿੱਤਾ ਜਾਂਦਾ? ਬਿਲਕੁਲ ਅਮਨ ਜੀ, ਹੁਣ ਤਾਂ ਚਲੋ ਫਿਨਲੈਂਡ ਤਾਂ ਖੈਰ ਹੁਣ ਤਾਂ ਫੀ ਨਹੀਂ ਰਹੇਗੀ, ਹੁਣ ਤਾਂ ਪੇਡ ਹੋ ਗਈ ਹੈ। ਮੈਂ ਐਗਜ਼ਾਮਪਲ ਦੇ ਤੌਰ 'ਤੇ ਗੱਲ ਕੀਤੀ ਵੀ ਹੁਣ ਚਾਹੇ ਜਰਮਨ ਹੈ, ਬਿਲਕੁਲ ਜੀ ਜਰਮਨ ਦਿੰਦਾ ਫਰੀ ਐਜੂਕੇਸ਼ਨ, ਠੀਕ ਹੈ ਉਹਦਾ ਇੱਕ ਆਪਣੀ ਪਾਲਿਸੀ ਹੈ, ਬਟ ਕਿਹਨੂੰ ਦਿੰਦਾ? ਹਰ ਇੱਕ ਨੂੰ ਤਾਂ ਨਹੀਂ ਦਿੰਦਾ। ਬਿਲਕੁਲ ਜੀ, ਹਰ ਇੱਕ ਨੂੰ ਦਿੰਦਾ, ਬਟ ਅਪਲਾਈ ਕਰਨ ਨੂੰ ਦੇਖਿਆ ਉਹ ਤੁਹਾਡੇ ਲਈ ਗੱਲ, ਸਰਵਿਸ ਚਾਰਜ ਨਾ ਹੋ ਤੇ ਹਰ ਇੱਕ ਨੂੰ ਅਪਲਾਈ ਕੀਤਾ ਜਾ ਰਿਹਾ? ਮੈਂ ਤੁਹਾਨੂੰ ਮੈਂ ਨਾਂ ਨਹੀਂ ਲਵਾਂਗਾ ਏਜੰਸੀਜ਼ ਦੇ, ਉਹਨਾਂ ਨੇ ਵੀਜ਼ੇ ਵੀ ਲਗਵਾਏ ਨੇ ਬੱਚਿਆਂ ਦੇ, ਬੱਚਿਆਂ ਦੇ ਲੈਂਗੁਏਜ ਦੇ ਵੀਜ਼ੇ ਲੱਗ ਵੀ ਗਏ ਨੇ, ਬੱਚੇ ਚੱਲੇ ਵੀ ਗਏ ਨੇ, ਪਰ ਗਰੰਟੀ ਇਹ ਹੈ ਕਿ ਉਹਨਾਂ ਨੂੰ ਅੱਗੇ ਐਡਮਿਸ਼ਨ ਮਿਲਣਾ ਹੀ ਨਹੀਂ ਹੈਗਾ, ਕਿਉਂਕਿ ਜਰਮਨ ਯੂਨੀਵਰਸਿਟੀ ਕਹਿੰਦੀ ਵੀ 60 ਨੰਬਰ ਤੱਕ ਤਾਂ ਬੱਚਾ ਮੈਂ ਲੈ ਲਾਂਗੀ, ਪਰ ਤੁਸੀਂ ਮੈਨੂੰ 49% ਦਾ ਬੱਚਾ ਲਾ ਕੇ ਦਿੰਦੇ ਹੋ, ਤੁਸੀਂ 1-2-3-4 ਵੀਜ਼ਾ ਲਗਵਾ ਲਏ ਬੇਸਿਕਲੀ ਲੈਂਗੁਏਜ ਕੋਰਸ ਦੇ ਅਤੇ, ਲੇਕਿਨ ਬੱਚੇ ਦਾ ਵੀਜ਼ਾ ਕਈ ਵਾਰ ਵੀਜ਼ੇ ਇੱਦਾਂ ਵੀ ਲੱਗ ਜਾਂਦੇ ਨੇ, ਇਹ ਗੱਲ ਝੂਠ ਨਹੀਂ ਹੈਗੀ। ਲੇਕਿਨ ਜਰਮਨੀ ਦੇ ਅੰਦਰ ਮਲਟੀਪਲ ਐਡਮਿਸ਼ਨ ਸਿਸਟਮ ਚੱਲਦਾ ਹੈ ਜੀ, ਬੈਚਲਰ ਲੈਵਲ ਦਾ ਅਲੱਗ ਹੈਗਾ, ਮਾਸਟਰ ਦਾ ਅਲੱਗ ਹੈਗਾ। ਜਰਮਨੀ ਦੇ ਅੰਦਰ ਜੇ ਤੁਸੀਂ ਬੈਚਲਰ ਕਰਨ ਜਾਓਗੇ ਤਾਂ 3 ਤਰ੍ਹਾਂ ਦੀ ਐਡਮਿਸ਼ਨ ਚੱਲਦੀ ਹੈ, ਜੇ ਜਰਮਨੀ 'ਚ ਮਾਸਟਰ ਕਰਨ ਜਾਓਗੇ ਤਾਂ ਵੀ 3 ਤਰ੍ਹਾਂ ਦੀ ਐਡਮਿਸ਼ਨ ਚੱਲਦੀ ਹੈ। ਅਤੇ ਲੇਕਿਨ ਇਹ 6 ਤਰ੍ਹਾਂ ਦੀ ਐਡਮਿਸ਼ਨ ਨੂੰ ਤੁਹਾਡਾ ਏਜੰਟ ਕਿੰਨਾ ਕੁ ਸਮਝਦਾ ਹੈਗਾ, ਕੌਣ ਸੇ ਵਾਲੇ ਤੁਹਾਨੂੰ ਕੈਟੇਗਰੀ 'ਚ ਪਾ ਰਿਹਾ ਹੈਗਾ, ਤੁਹਾਡਾ ਐਡਮਿਸ਼ਨ ਆਏਗਾ? ਹੋ ਸਕਦਾ ਤੁਹਾਨੂੰ 12ਵੀਂ ਤੋਂ ਬਾਅਦ ਕਹਿੰਦੇ ਜੀ 13 ਸਾਲ ਦੀ ਐਜੂਕੇਸ਼ਨ ਚਾਹੀਦੀ ਹੈਗੀ। ਮੈਂ ਕਹਿੰਦਾ 12ਵੀਂ ਤੋਂ ਬਾਅਦ 13 ਸਾਲ ਦੀ ਐਜੂਕੇਸ਼ਨ ਚਾਹੀਦੀ ਵੀ ਹੈਗੀ ਅਤੇ ਨਹੀਂ ਵੀ ਚਾਹੀਦੀ ਹੈਗੀ, ਡਿਪੈਂਡ ਕਰਦਾ ਮੈਂ ਕਿਹੜੇ ਇੰਸਟੀਟਿਊਟ 'ਚ ਜਾ ਰਿਹਾ ਹੈਗਾ। ਅਤੇ ਇਸੇ ਤਰੀਕੇ ਨਾਲ ਫਿਨਲੈਂਡ ਜੇ ਅਸੀਂ ਗੱਲ ਕਰਦੇ ਹਾਂ, ਫਿਨਲੈਂਡ ਦੇ ਅੰਦਰ ਸਭ ਤੋਂ ਵਰਜਿਨ ਮਾਰਕੀਟ ਦਿਖਾਈ ਦੇ ਰਹੀ ਹੈ, ਜਿਨ੍ਹਾਂ ਬੱਚਿਆਂ ਨੇ ਬੇਸਿਕਲੀ ਚੰਗਾ ਕਰੀਅਰ ਬਣਾਉਣਾ ਆਪਣਾ, ਪੈਸੇ ਪਾਰਟ ਟਾਈਮ ਜੋਬ 'ਚ ਕਰਨੇ ਹੈਗੇ ਨੇ, ਉਹ ਚਾਹੁੰਦੇ ਨੇ ਵੀ ਜ਼ਿਆਦਾ ਪੈਸੇ ਨਾ ਖਰਚ ਹੋਣ ਸਾਡੇ, ਕਿਉਂਕਿ ਦੇਖੋ ਜੀ ਅੱਜ ਕੈਨੇਡਾ ਅਮਨ ਜੀ 10 ਲੱਖ ਰੁਪਏ ਸਾਲ ਦਾ ਟਿਊਸ਼ਨ ਫੀ ਆ ਗਈ,
ਬਿਲਕੁਲ। ਲੇਕਿਨ ਉਸੇ ਤਰੀਕੇ ਨਾਲ ਫਿਨਲੈਂਡ ਦੀ ਗੱਲ ਕਰਦੇ ਹਾਂ, ਟੌਪ ਕੰਟਰੀ ਆ ਗਈ 5 ਲੱਖ ਤੇ, ਪੂਰਾ  100% ਦਾ ਫਰਕ ਆ ਗਿਆ ਤੁਹਾਡਾ ਕੋਸਟ 'ਚ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਅੰਡਰਸਟੈਂਡ ਕਰਨ ਵਾਲੀ ਹੈ ਵੀ ਐਕਸਪੀਰੀਅੰਸਡ ਕੰਸਲਟੈਂਟ ਜਾਂ ਐਕਸਪੀਰੀਅੰਸ ਟੀਮ ਉਹ ਰਿਕੁਆਇਰਡ ਹੈ ਜਿਹੜੀ ਗਾਈਡੈਂਸ ਲਈ। ਹੁਣ ਕੋਈ ਆਸਟ੍ਰੇਲੀਆ ਕਰਦਾ, ਨਿਊਜ਼ੀਲੈਂਡ ਕਰਦਾ, ਉਹੀ ਕਾਉਂਸਲਰ ਨਾਲ ਪੋਲੈਂਡ ਵੀ ਕਰੀ ਜਾਂਦੀ, ਇਟਲੀ ਵੀ ਕਰੀ ਜਾਂਦੀ, ਸ਼ੈਨਗਨ ਕੰਟਰੀ ਵੀ, ਕੀ ਇਹ ਪੋਸੀਬਲ ਹੁੰਦਾ ਵੀ ਹਰ ਚੀਜ਼ ਇੱਕੋ ਹੀ ਜਗ੍ਹਾ 'ਤੇ ਇੱਕੋ ਹੀ ਜਿਹੜੀ ਕਾਉਂਸਲਰਸ ਕੋਲ ਅਵੇਲੇਬਲ ਸਹੀ ਤਰ੍ਹਾਂ ਹੋਵੇ? ਅਮਨ ਜੀ, ਮੈਂ ਬੜੀ 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 ਗੱਲ ਐਕਸੈਪਟ ਕਰਾਂਗਾ ਬੇਸਿਕਲੀ ਬੜੀ ਲੋਇਲਟੀ ਨਾਲ, ਕਿ ਬਈ ਮੈਂ ਬੜੇ ਟਾਈਮ ਤੋਂ ਸੋਚ ਰਿਹਾ ਨੇ ਅਸੀਂ ਯੂ ਐਸ ਕਰਨਾ, ਠੀਕ ਹੈ ਜੀ, ਕੈਨੇਡਾ ਕਰਨਾ ਹੈਗਾ, ਅਤੇ ਮੈਂ ਆਪ ਪਰਸਨਲੀ ਇੰਨਾ ਟਾਈਮ ਨਹੀਂ ਨਿਕਾਲ ਪਾ ਰਿਹਾ ਜਾਂ ਮੈਂ ਇੰਨਾ ਫੋਕਸ ਨਹੀਂ ਕਰ ਪਾ ਰਿਹਾ ਉਸ ਐਜੂਕੇਸ਼ਨ 'ਤੇ, ਕਿ ਵੀ ਕੈਨੇਡੀਅਨ ਐਜੂਕੇਸ਼ਨ 'ਤੇ ਜਾਂ ਯੂ ਐਸ ਐਜੂਕੇਸ਼ਨ 'ਤੇ, ਦੋ ਮੈਂ ਆਪਣਾ ਹੋਮਵਰਕ ਕਾਫੀ ਹੱਦ ਤੱਕ ਕਰ ਚੁੱਕਿਆ ਹਾਂ ਆਪਣੀ ਟੀਮ ਦੇ ਨਾਲ। ਲੇਕਿਨ ਕਿੱਥੇ ਨਾ ਕਿੱਥੇ ਹਰ ਕੰਪਨੀ ਦਾ, ਅੱਜ ਮੈਂ ਕੋਈ ਵੱਡਾ ਬ੍ਰਾਂਡ ਫੜ ਲੈਂਦਾ, ਚਾਹੇ ਉਹ ਚੰਡੀਗੜ੍ਹ ਬੇਸਡ ਹੋ, ਪੰਜਾਬ ਬੇਸਡ ਹੋ, ਦਿੱਲੀ ਬੇਸਡ ਹੋ, ਇੰਡੀਆ ਬੇਸਡ ਹੋ, ਹਰ ਬ੍ਰਾਂਡ ਦਾ ਆਪਣਾ ਇੱਕ ਏਰੀਆ ਆਫ ਫੋਕਸ ਹੈਗਾ ਬਈ, ਹਰ ਬ੍ਰਾਂਡ ਆਪਣੀ ਇੱਕ ਪਰਟੀਕੁਲਰ ਚੀਜ਼ 'ਚ ਸਟਰੋਂਗ ਹੈਗਾ, ਬਾਕੀਆਂ ਸੈਕੰਡਰੀ ਪ੍ਰੋਡਕਟ ਸੈਕਿੰਡ ਉਸ ਬ੍ਰਾਂਡ ਦੇ। ਸਿਮਿਲਰਲੀ ਨਿਊਜ਼ੀਲੈਂਡ ਦੇ ਕੰਸਰਨ ਇੱਥੇ ਬੈਠੇ ਹੋਏ ਨੇ, ਕੈਨੇਡਾ ਦੇ ਬੈਠੇ ਹੋਏ ਨੇ, ਅਤੇ ਉਹੀ ਚੀਜ਼ ਆ ਜਾਂਦੀ ਹੈ। ਬੱਚੇ ਨੂੰ ਇਹ ਦੇਖਣਾ ਬਈ ਮੈਂ ਕਿਹਦੇ ਕੋਲ ਜਾ ਕੇ ਅਪਲਾਈ ਕਰ ਰਿਹਾ, ਮੈਂ ਯੂਰੋਪੀਅਨ ਕੰਸਰਨ ਕੋਲ ਜਾ ਰਿਹਾ। ਅੱਜ ਸਾਰਿਆਂ ਨੇ ਲਿਖਣਾ ਸ਼ੁਰੂ ਕਰਤਾ ਵੀ ਮੈਂ 15 ਸਾਲ ਤੋਂ ਯੂਰਪ ਕਰ ਰਿਹਾ, ਚਾਹੇ ਉਹ ਬੇਸਿਕਲੀ ਕੰਪਨੀ 5 ਸਾਲ ਤੋਂ ਖੁੱਲ੍ਹੀ ਹੋਏ, ਠੀਕ ਹੈ ਜੀ। ਲੇਕਿਨ ਇਹ ਬੱਚੇ ਨੂੰ ਦੇਖਣਾ ਹੈ ਕਿ ਬੱਚਾ ਕਿਸ ਚੀਜ਼ ਤੋਂ ਅਟਰੈਕਟ ਹੋ ਰਿਹਾ। ਬੱਚਾ ਬੇਸਿਕਲੀ ਆਪਣੇ ਅਗਲੇ ਦੁਆਲੇ ਦੇਖਦੇ, ਛੋਟਾ ਮੋਟਾ ਕੋਈ ਵੀ ਏਜੰਟ ਮੈਨੂੰ ਮਿਲ ਜਾਂਦਾ ਹੈਗਾ, ਮੈਂ ਉਹਦੇ ਕੋਲ ਫਾਈਲ ਲਗਾ ਲੈਂਦਾ। ਇੰਨੀ ਜ਼ਿਆਦਾ ਫਾਈਲ ਟਰੈਵਲ ਹੋ ਰਹੀ ਹੈ। ਹੁਣ ਫਿਨਲੈਂਡ ਦੀ ਅਸੀਂ ਐਡ ਲਾਈ ਸੀਗੀ, ਅਸੀਂ ਮਾਰਕੀਟਿੰਗ ਕਰ ਰਹੇ ਹਾਂ, ਸਾਨੂੰ ਇੰਨੀ ਕਾਲਸ ਆਉਂਦੀ ਏਜੰਟਸ ਦੀ, ਪਰ ਗੱਲ ਉਹੀ ਹੈਗੀ ਅਸੀਂ ਏਜੰਟ ਐਪਲੀਕੇਸ਼ਨ ਕਿਉਂ ਨਹੀਂ ਲੈ ਰਹੇ, ਵੀ ਸਾਨੂੰ ਬੇਸਿਕਲੀ ਅਸੀਂ ਕੰਮ ਕਰਨ ਲੱਗੇ ਹਾਂ ਇਸ ਪ੍ਰੋਜੈਕਟ ਨੂੰ, ਅਸੀਂ ਫਿਨਲੈਂਡ ਐਮਬੈਸੀ ਦੇ ਨਾਲ ਮਿਲ ਕੇ ਕਰਨ ਲੱਗੇ ਨੇ, 3-4 ਯੂਨੀਵਰਸਿਟੀ ਇਨਵੋਲਵ ਹੈਗੀਆਂ ਨੇ। ਅਸੀਂ ਬੱਚਾ ਸਿਰਫ ਉਹ ਭੇਜਣਾ ਹੈ ਜਿਹੜਾ ਵਾਕਈ ਜੈਨੂਅਨ ਬੱਚਾ ਹੈ, ਕਿਉਂਕਿ ਬੱਚੇ ਦਾ ਵੀਜ਼ਾ ਤਾਂ ਲੱਗ ਜਾਊਗਾ ਸਾਨੂੰ ਪਤਾ ਹੈ, ਲੱਗਣ ਤੋਂ ਬਾਅਦ ਜੇ ਬੱਚਾ ਭੱਜ ਗਿਆ ਉਹਦਾ ਜ਼ਿੰਮੇਦਾਰ ਕੌਣ ਹੋਊਗਾ, ਜੇ ਬੱਚੇ ਨਹੀਂ ਪੜ੍ਹੇ ਫਿਰ ਉਹਦਾ ਜ਼ਿੰਮੇਦਾਰ ਕੌਣ ਹੋਏਗਾ? ਤੁਸੀਂ ਇੱਕ ਸਮੈਸਟਰ ਬੱਚਾ ਭੇਜ ਦੋਗੇ ਉਸ ਤੋਂ ਬਾਅਦ, ਅਤੇ ਇਹੀ ਕਰਕੇ ਪੰਜਾਬ ਦੇ ਅੰਦਰ ਕਾਫੀ, ਪੰਜਾਬ ਹਰਿਆਣਾ ਦੇ ਅੰਦਰ ਕਾਫੀ ਯੂਨੀਵਰਸਿਟੀ, ਮੈਂ ਹੁਣੇ ਸੈਟਰਡੇ ਦੀ, ਮੇਰੀ ਲਾਸਟ ਸੈਟਰਡੇ ਦੀ ਗੱਲ ਹੈਗੀ ਜੀ, ਮੈਂ ਸਟੱਡੀ ਇਨ ਯੂਰੋਪ ਡੇ ਕੀਤਾ ਹੈਗਾ, ਮੇਰੇ ਨਾਲ ਪੋਲੈਂਡ ਦੀ ਯੂਨੀਵਰਸਿਟੀ ਬੈਠੀ ਸੀਗੀ, ਉਹ ਕਹਿੰਦੇ ਬੇਸੇ, ਅਸੀਂ ਉਹੀ ਗੱਲ ਕਰ ਰਹੇ ਸੀਗੇ ਵੀ ਪੰਜਾਬ ਤਾਂ ਭੁੱਲ ਜਾਓ, ਕਿਉਂਕਿ ਵੀਜ਼ੇ ਦੇ ਅੰਦਰ ਪੰਜਾਬ ਦੇ ਅੱਜ ਵੀ ਪੋਲੈਂਡ ਪ੍ਰਮੋਟ ਹੋ ਰਿਹਾ। ਨਹੀਂ ਦੇਖੋ, ਪੋਲੈਂਡ ਪ੍ਰਮੋਟ ਹੋ ਰਿਹਾ ਹੈਗਾ, ਸਪੈਸੀਫਿਕ ਸਟੂਡੈਂਟ ਹੈਗਾ ਜਿਹਨੂੰ ਵੀਜ਼ਾ ਮਿਲਣਾ ਹੈਗਾ, ਉਹ ਬਹੁਤ ਘੱਟ ਕੈਟੇਗਰੀ ਹੈਗੀ। ਲੇਕਿਨ ਇਹ ਬੱਚਾ ਹੀ ਹੈਗਾ ਜਿਹੜਾ ਬੇਸਿਕਲੀ ਪੋਲੈਂਡ ਕਹਿ ਰਿਹਾ। ਮੈਂ ਗੱਲ ਹੋਰ ਕਰ ਦਿੰਦਾ, ਪੋਲੈਂਡ ਦੇ ਅੰਦਰ ਜਿਹੜੇ ਪੇਪਰ ਬਣਾਉਣ ਦਾ ਮੁਹਿੰਮ ਚੱਲੀ ਸੀਗੀ, ਉਹ ਮੁਹਿੰਮ ਬੰਦ ਹੋ ਗਈ ਹੈ, ਇਹ ਗੱਲ ਕਨਫਰਮ ਹੈਗੀ। ਜੇ ਤੁਹਾਡਾ ਕੋਈ ਆਪਣਾ ਬੰਦਾ ਪੋਲੈਂਡ ਰਹਿੰਦਾ ਹੈਗਾ, ਉੱਥੇ ਚੈੱਕ ਕਰਾ ਲਓ। ਜਿਨ੍ਹਾਂ ਨੇ ਪੇਪਰ ਲਾਏ ਸੀਗੇ, ਸਾਰਿਆਂ ਨੂੰ ਪੇਪਰ, ਕਿਸੇ ਨੂੰ ਪੇਪਰ ਨਹੀਂ ਆ ਰਿਹਾ ਇਸ ਟਾਈਮ, ਕਿਉਂਕਿ ਡਿਊ ਟੂ ਜਿਹੜੇ ਵੀ ਅਨਐਥੀਕਲ ਐਕਟੀਵਿਟੀਜ਼ ਕੀਤੀਆਂ ਨੇ ਇੰਡੀਅਨ ਅਤੇ ਬਾਂਗਲਾਦੇਸ਼ੀ ਸਟੂਡੈਂਟਸ ਨੇ ਉੱਥੇ ਜਾ ਕੇ। ਇਸ ਕਰਕੇ ਮੈਂ ਇਹੀ ਸੇਸ ਕਰਾਂਗਾ ਵੀ ਜੇਕਰ ਤੁਸੀਂ ਪੋਲੈਂਡ ਦੇ ਬਹੁਤ ਬੜੇ ਫੈਨ ਹੋ, ਤੁਸੀਂ ਅਪਲਾਈ ਜ਼ਰੂਰ ਕਰ ਸਕਦੇ ਹੋ। ਲੇਕਿਨ ਇੱਕ ਗੱਲ ਦੀ ਗਾਰੰਟੀ ਹੈਗੀ ਵੀ ਵੀਜ਼ਾ ਰੇਟ ਬਹੁਤ ਜ਼ਿਆਦਾ ਘੱਟ ਹੋ ਗਿਆ ਹੈਗਾ, ਇਸ ਕਰਕੇ ਫਿਨਲੈਂਡ ਕਰੋ ਅਪਲਾਈ, ਲਾਟਵੀਆ, ਲਿਥੁਏਨੀਆ ਕਰੋ ਅਪਲਾਈ, ਹੰਗਰੀ ਅਪਲਾਈ ਕਰੋ, ਜਾਂ ਤੁਸੀਂ ਡੈਨਮਾਰਕ ਅਪਲਾਈ ਕਰੋ। ਇਹਨਾਂ ਕੰਟਰੀਆਂ ਦੇ ਅੰਦਰ ਵੀਜ਼ੇ ਮਿਲ ਰਹੇ ਨੇ। ਇਸ ਕੋਸ਼ਿਸ਼ ਕਰੋ ਕਿ ਬਈ ਜਿਹੜੀ ਕੰਟਰੀਆਂ ਤੁਹਾਨੂੰ ਸੌਖੀ ਲੱਗਦੀਆਂ ਨੇ, ਤੁਹਾਡੇ ਮਾਮੇ ਚਾਚੇ ਉੱਥੇ ਬੈਠੇ ਨੇ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉੱਥੇ ਹੀ ਅਪਲਾਈ ਕਰੋ, ਕਿਉਂਕਿ ਏਜੰਟ ਤਾਂ ਤੁਹਾਡੀ ਗੱਲ ਸੁਣ ਕੇ ਆਪਣੀ ਸਰਵਿਸ ਵੀ ਲੈ ਕੇ ਅਪਲਾਈ ਕਰ ਦੇਗਾ, ਐਂਡ 'ਚ ਬੱਚੇ ਦਾ ਵੀਜ਼ਾ ਨਹੀਂ ਆਉਣਾ। ਸੋ ਮਨ ਦੇ ਵਿੱਚ ਕੋਈ ਵੀ ਸਵਾਲ ਆ ਰਿਹਾ ਜੀ, ਤੁਸੀਂ ਸਿੱਧਾ ਵੀ ਸਾਂਝਾ ਕਰ ਸਕਦੇ ਹੋ, ਨੰਬਰ ਚੱਲ ਰਹੇ ਨੇ, ਕਾਲ ਕਰਕੇ ਮੈਸੇਜ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਨਲੈਂਡ ਦੀ ਗੱਲ ਹੋਈ ਹੈ ਜੀ, ਫਿਨਲੈਂਡ ਸਪਾਊਸ ਵੀਜ਼ਾ ਵੀ ਜਾਇਆ ਜਾ ਸਕਦਾ, ਵਿਦਆਊਟ ਆਇਲਸ ਵੀ ਜਾਇਆ ਜਾ ਸਕਦਾ, ਬਟ ਵਿਦਆਊਟ ਅੰਗਰੇਜ਼ੀ ਨਹੀਂ। ਮੈਂ ਦੁਬਾਰਾ ਫਿਰ ਕਹਿ ਦਿੰਦਾ, ਵਿਦਆਊਟ ਆਇਲਸ ਇੰਗਲਿਸ਼ ਦੀ ਰਿਕੁਆਇਰਮੈਂਟ ਰਹੇਗੀ, ਫਰੈਸ਼ ਫੰਡਸ ਚਲ ਜਾਣਗੇ, ਪਲੱਸ ਇੱਕ ਜਿਹੜੀ ਪੋਜ਼ਿਟਿਵ ਚੀਜ਼ ਹੈ, ਬਾਕੀ ਸਾਰੀ ਕੰਟਰੀਜ਼ ਦੇ ਵਿੱਚ 20 ਘੰਟੇ ਪਰ ਵੀਕ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਹੈ, ਇੱਥੇ 25 ਘੰਟੇ ਹੈ। ਬਿਲਕੁਲ ਜੀ, ਸੋ ਪਰ ਵੀਕ ਤੁਸੀਂ 25 ਘੰਟੇ ਕੰਮ ਕਰ ਸਕਦੇ ਹੋ। ਅੱਜ ਇੰਡੋ ਯੂਰੋਪੀਅਨ ਦੀ ਟੀਮ ਦੀ ਗੱਲ ਹੋਈ ਹੈ, ਐਕਸਪੀਰੀਅੰਸ ਦੀ ਗੱਲ ਹੋਈ ਹੈ, ਆਪਾਂ ਉਹਦੇ 'ਚ ਦਿਖਾਉਣਾ ਚਾਹੁੰਦੇ ਹਾਂ ਜਿਹੜੇ ਬੱਚਿਆਂ ਨੇ ਵੀਜ਼ਾ ਲਾਇਆ ਇਹਨਾਂ ਦੇ ਥਰੂ, ਉਹਨਾਂ ਦਾ ਐਕਸਪੀਰੀਅੰਸ ਕੀ ਰਿਹਾ, ਕੀ ਕਹਿਣਾ ਉਹਨਾਂ ਦਾ ਟੀਮ ਬਾਰੇ, ਆਓ ਮਿਲ ਕੇ ਜਾਣਦੇ ਹਾਂ। ਹੈਲੋ ਐਵਰੀਵਨ, ਟੁਡੇ ਵੀ ਹੈਵ ਪਰਮ ਅਗਰਵਾਲ ਵਿਦ ਅਸ, ਹੀ ਗਾਟ ਹਿਸ ਵੀਜ਼ਾ ਫਾਰ ਲਿਥੁਏਨੀਆ। ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਪਰਮ। ਥੈਂਕ ਯੂ ਮੈਮ। So for which university did you apply? I applied for VGTU, Vilnius Gediminas Technical University, which is in Vilnius, Lithuania. Great. So for which course you are going? I'm going for a 5-year integrated program which consists of Masters in Aeronautical Engineering plus Piloting through EASA. Great. So do you have any feedback for us? Indo-European helped me streamline all the processes, and I would strongly recommend all my colleagues, friends and classmates to go through Indo-European for the same visa process or for a different country or the same country as per the convenience. And overall, I would recommend Indo-European to everybody. Great. Thank you so much and many, many congratulations, Param. Hope you have a great life. Thank you.
Hi friends, today we have Manjeet Singh with us who recently got his visa for Latvia. Many, many congratulations, Manjeet. Thank you, ma'am. Manjeet, would you like to share your experience with us? Yes, sure, ma'am. Actually, Indo-European is the consultant education system is very good in all over the world. As I traveled before into the Cyprus, before I also applied for to the Indo-European consultant. They are very good, they are very honestly, and whatever they are commitment with us, they are absolutely doing at the rest of visa. So मैं यही suggestion करता हूँ for those students जो बाहर पढ़ने के लिए जाना चाहते हैं वो इनके through ही apply करें. So go through the consultant with the same study field that you have recently completed. So my suggestion is for everybody else, please go through this Indo-European consultant. Did you get the visa? After submission my files, after 15 days I got a visa through this consultancy. So and I think I could never be get an obstacle from the any of way. Whatever file submission, and they are also suggestion and guidance before you are applying to the submission at embassy. So I think it's very nice. Thank you. You're welcome. Hi friends, today we have Raghav with us who recently got his visa for Latvia. Many, many congratulations, Raghav. Thank you, ma'am. Raghav, would you like to share your experience with us? Yes, मैंने अपना visa through Indo-European consultant से apply किया. उन्होंने मुझे हर अच्छी information दी about my university and he is a very good guidance and इन्होंने मुझे हर तरह की facility दी about my visa. And so मैं अपने सभी friends को यही guidance दूंगा कि Indo-European से अपनी file लगवाएं because he is very good consultant. Thank you. Hello friends. So today we have Karan Jod. So he recently received study visa for Poland. Many, many congratulations, sir. Would you like to share your views with us? Thank you, ma'am. My name is Karan Jod Singh. I lived in J&K from Jammu. I am going to Poland from WSG University, University of Eurasian Economy. My course is Bachelor of Business Administration. I have received my visa in 4 days. कोई भी मेरे ब्रदर सिस्टर्स कोई भी हैं वो इंडियन यूरोपियन में आके अपना वीजा अप्लाई कर सकते हैं. सो थैंक यू. सो ऐसे जी कुछ स्टूडेंट जिन्होंने अपना एक्सपीरियंस साझा किया, तुसी भी कोई जानकारी चाहते हो तो इन्हें नंबरों पर कॉल करके जानकारी साझी की जा सकती है. कोई भी फिनलैंड नूं लैके, लातवियन लैके, लुथानियन लैके सवाल है तुसी डायरेक्टली इन्हां नूं पुछ सकते हो. होर कि कंट्रीज है जिहड़े अपकमिंग इनटेक्स नेड़े ने? तो अपकमिंग इनटेक डेनमार्क, फिनलैंड, लातविया, लिथुएनिया, हॉलैंड, फ्रांस, सुलवाकिया, इन्हों कंट्रीज, जर्मनी भी हैगा बेसिकली, जिन्हों के अंदर तुहानू ऑप्शन मिल सकती है. बट मैं फिर कहांगा जी, मैं हर बार एक गल कहना भी प्लीज़ अपनी एप्लीकेशन टाइम पर अपलाई करो. जेकर तुसी एडमिशन चाहते हो तो वीज़ा ऑन टाइम चाहते हो. स्वीडन के अंदर मोस्टली कोर्सेज बंद हो चुके हैं तो मोस्टली एडमिशन जो मिलेंगे तुहानू वो अगली इनटेक से मिलेंगे. थोड़े बहुत कोर्सेज की ऑप्शन हो सकती है पर डेनमार्क जो है इस टाइम एक्टिवेट हो रखी है काफ़ी ज़्यादा. फिनलैंड बहुत ज़्यादा चल रहा है इस टाइम. दोनों ही कंट्री के अंदर स्पाउस जा सकता है. डेनमार्क के अंदर शो मनी नहीं करनी हैगी जी, तो स्पाउस भी अलाउड हैगा. फिनलैंड के अंदर 7.5 लाख रुपया शो करना हैगा. डेनमार्क च आयल चाहिए हैगा, फिनलैंड के अंदर बिना आयल्स भी एडमिशन हो जाऊगा. लेकिन फिनलैंड तो सिर्फ मिलेगी बैचलर कोर्सेज मिलेंगे, तो मास्टर कोर्सेज या बैचलर कोर्सेज या डिप्लोमे मिलेंगे डेनमार्क के अंदर जी. सो बहुत साहब शो का समय नहीं अलॉक कर रहा है, बट शो चाहने बहुत बहुत थैंक यू मनजीत. सारे दर्शकों को प्यार भरा सत श्री अकाल. धन्यवाद सारे दर्शकों का. शो में इतने खत्म कर दें जी. दिओ इजाजत. सत श्री अकाल.